ਗੁਰੂ ਦੀ ਹਾਜ਼ਰੀ ਦੇ ਵਿੱਚ ਬੈਠੇ ਸਮੂਹ ਗੁਰੂ ਦੇ ਵਰਸਾਏ ਹੋਏ ਕਵੀ ਜਨ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਗੁਰੂ ਦੇ ਦਰਬਾਰ 'ਚ ਕਵੀਆਂ ਨੇ ਹਾਜ਼ਰੀ ਲਗਵਾਈ ਹੈ। ਬਹੁਤ ਸਾਰੇ ਸਤਿਕਾਰਯੋਗ ਕਵੀਆਂ ਨੇ ਅਜੇ ਹਾਜ਼ਰੀ ਲਵਾਉਣੀ ਹੈ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਜਦੋਂ ਕਵੀਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਫਿਰ ਆਪਣੇ ਸਮੇਂ 'ਚੋਂ ਅਗਲੇ ਕਵੀ ਨੂੰ ਸਮਾਂ ਦੇਣਾ ਬਣਦਾ। ਸੋ ਇਸ ਕਰਕੇ ਮੈਂ ਆਪਣੀ ਹਾਜ਼ਰੀ, ਕਿਉਂਕਿ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਬਾਰੇ ਬਹੁਤ ਹਾਜ਼ਰੀ ਲਗਵਾਈ ਹੈ, ਅਸੀਂ ਸਾਰਿਆਂ ਨੇ ਸਾਰੇ ਕਵੀਆਂ ਨੂੰ ਅਸੀਸ ਦਿੱਤੀ ਹੈ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ। ਸੋ ਮੈਂ ਸਾਡੇ ਪਹਿਲੇ ਬਾਬੇ ਗੁਰੂ ਨਾਨਕ ਨੂੰ ਯਾਦ ਕਰਦਾ ਹੋਇਆ, ਉਹਨਾਂ ਦੇ ਸਾਥੀ ਰਬਾਬੀ ਮਰਦਾਨੇ ਨੂੰ ਯਾਦ ਕਰਦਾ ਹੋਇਆ ਸਿਰਫ ਦੋ ਤਿੰਨ ਬੰਦ ਮੈਂ ਬੋਲ ਰਿਹਾ। ਦੁੱਖ ਸੁੱਖ ਆਉਣੇ ਜਾਣੇ ਲੱਖ ਮਰਦਾਨਿਆਂ, ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ। ਦੁੱਖ ਸੁੱਖ ਆਉਣੇ ਜਾਣੇ ਲੱਖ ਮਰਦਾਨਿਆਂ, ਤਰਬਾਂ ਤੇ ਪੋਟਿਆਂ ਨੂੰ ਰੱਖ ਮਰਦਾਨਿਆਂ। ਦੁਨੀਆਂ 'ਚ ਦੇਖ ਕਿੰਨਾ ਫੈਲਿਆ ਹਨੇਰ ਹੈ, ਤੇਰੇ ਸੁਰਾਂ ਨਾਲ ਹੀ ਤਾਂ ਚੜ੍ਹਨੀ ਸਵੇਰ ਹੈ। ਦੁਨੀਆਂ 'ਚ ਦੇਖ ਕਿੰਨਾ ਫੈਲਿਆ ਹਨੇਰ ਹੈ, ਤੇਰੇ ਸੁਰਾਂ ਨਾਲ ਹੀ ਤਾਂ ਚੜ੍ਹਨੀ ਸਵੇਰ ਹੈ। ਨੂਰ ਨੂੰ ਤੂੰ ਕਰ ਪ੍ਰਤੱਖ ਮਰਦਾਨਿਆਂ, ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ। ਤਰਬਾਂ ਤੇ ਪੋਟਿਆਂ ਨੂੰ ਰੱਖ ਮਰਦਾਨਿਆਂ। ਪੈਰਾਂ 'ਚ ਸਫ਼ਰ ਤਾਂ ਕਹਾਣੀ ਬਣ ਜਾਂਦੀ ਹੈ, ਬੋਲ ਜੋ ਉਚਾਰੇ ਬਾਬਾ ਬਾਣੀ ਬਣ ਜਾਂਦੀ ਹੈ। ਪੈਰਾਂ 'ਚ ਸਫ਼ਰ ਤਾਂ ਕਹਾਣੀ ਬਣ ਜਾਂਦੀ ਹੈ, ਬੋਲ ਜੋ ਉਚਾਰੇ ਬਾਬਾ ਬਾਣੀ ਬਣ ਜਾਂਦੀ ਹੈ। ਸੁੱਤਿਆਂ ਦੀ ਖੁੱਲ ਜਾਂਦੀ ਅੱਖ ਮਰਦਾਨਿਆਂ, ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ। ਇੱਕ ਬੰਦ ਹੋਰ, ਪੁੱਛਦੀ ਰਬਾਬ ਜਦੋਂ ਜੱਗ ਇੱਕ ਨੂਰ ਹੈ,
ਬੰਦੇ ਕੋਲੋਂ ਬੰਦਾ ਫੇਰ ਕਿਹੜੀ ਗੱਲੋਂ ਦੂਰ ਹੈ, ਪੁੱਛਦੀ ਰਬਾਬ ਜਦੋਂ ਜੱਗ ਇੱਕ ਨੂਰ ਹੈ, ਬੰਦੇ ਕੋਲੋਂ ਬੰਦਾ ਫੇਰ ਕਿਹੜੀ ਗੱਲੋਂ ਦੂਰ ਹੈ, ਨੌਹਾਂ ਨਾਲੋਂ ਮਾਸ ਹੋਇਆ ਹੋ ਵੱਖ ਮਰਦਾਨਿਆਂ, ਥਾਰਾਂ ਉੱਤੇ ਬੂਟਿਆਂ ਨੂੰ ਰੱਖ ਮਰਦਾਨਿਆਂ, ਤਰਬਾਂ ਤੇ ਬੂਟਿਆਂ ਨੂੰ ਰੱਖ ਮਰਦਾਨਿਆਂ, ਦੁੱਖ ਸੁੱਖ ਆਉਣੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।